ਇਹ ਇਹ ਫੋਟੋ ਵੱਡੀ ਸੀ ਵੱਡੀ ਫੋਟੋ ਦੇ ਵਿੱਚੋਂ ਸਿਰਫ ਉਹਨਾ ਐਂਗਲ ਕੱਟਿਆ ਗਿਆ ਜਿੰਨੇ ਐਂਗਲ ਦੇ ਵਿੱਚ ਮੈਂ ਤੇ ਬੋਰੀ ਬੈਠੇ ਸੋ ਅਸੀਂ ਸ਼ੁਰੂ ਤੋਂ ਹੀ ਐਸਾ ਇਹਨਾਂ ਇਹੋ ਜਿਹੇ ਗੁੰਡਿਆਂ ਦੇ ਖਿਲਾਫ ਰਹੇ ਹਾਂ 12 17 18 ਪਰਚੇ ਜਿੱਤੇ ਹੋਣ ਤੇ ਉਹ ਸਮਾਜ ਸੇਵੀ ਕਿੱਦਾਂ ਹੁੰਦੇ ਕਦੇ ਵੀ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਨਹੀਂ ਹੈ ਜੋ ਜੂਏ ਦੇਦੇ ਤੇ ਬੱਚੇ ਆ 302 ਦੇ ਹੋਰ ਵੀ ਜਿਹੜੇ ਵੀ ਹੈਗੇ ਚਲੋ ਮੈਂ ਨਹੀਂ ਜਾਣਦਾ ਕਿ ਹੁਣ ਤੇ ਪੁਲਿਸ ਕੋ ਐਸਾ ਦੀ ਇਨਕੁਆਇਰੀ ਮੈਨੂੰ ਜਿੰਨਾ ਕਿ ਜਾਂਦਾ ਉਹਨਾਂ ਕੀ ਬਤਾਏ ਉਹਨਾਂ ਕੀ ਦੱਸ ਪਾਉਂਗਾ ਸੋ ਮੈਂ ਮੰਤਾ ਕਿ ਉਹਦਾ ਜੋ ਨਾਮ ਆਇਆ ਉਹਦੇ ਕੋਸੀ। ਇਹਸ ਫੋਟੋ ਨਾ ਮੇਰਾ ਕੋਈ ਸਰਕਾਰੀ ਠੀਕ ਹੈ ਸਿੰਪਲ ਫੋਟੋ ਖਿੱਚੀ ਗਈ ਹੈ ਉਹਦੇ ਵਿੱਚ ਅਸੀਂ ਕੋਈ ਭੰਗੜਾ ਨਹੀਂ ਪਾ ਰਹੇ ਅਸੀਂ ਕੋਈ ਗਾਣੇ ਨਹੀਂ ਗਾ ਰਹੇ ਅਸੀਂ ਕੋਈ ਸ਼ਰਾਬ ਨਹੀਂ ਪੀ ਰਹੇ ਅਸੀਂ ਕੋਈ ਨਸ਼ਾ ਨਹੀਂ ਕਰ ਰਹੇ ਅਸੀਂ ਕੋਈ ਨਸ਼ਾ ਵੇਚ ਨਹੀਂ ਰਹੇ ਅਸੀਂ ਕੋਈ ਕਿਸੇ ਨੂੰ ਧਮਕਾ ਨਹੀਂ ਰਹੇ ਅਸੀਂ ਕਿਸੇ ਨੂੰ ਕੁੱਟ ਨਹੀਂ ਰਹੇ। ਕਮਲਬੋਰੀ ਨੂੰ ਲੈ ਕੇ ਵਿਵਾਦਾਂ ਦਾ ਦੌਰ ਲਗਾਤਾਰ جاری ਹੈ ਤਾਂ ਸਭ ਤੋਂ ਪਹਿਲਾਂ ਇੱਕ ਵੀਡੀਓ ਆਂਦੀ ਜਿਸ ਦੇ ਵਿੱਚ ਕੀ ਪੁਲਿਸ ਕਰਮੀ ਜਿਹੜੇ ਹੈ ਕਮਲਬੋਰੀ ਦੇ ਨਾਲ ਗਾਣੇ ਬੋਲਦੇ ਨਜ਼ਰ ਆਏ ਤਾਂ ਉਸ ਤੋਂ ਬਾਅਦ ਉਹਨਾਂ ਦੀ ਟਰਾਂਸਫਰ ਕੀਤੀ ਗਈ ਉਸ ਤੋਂ ਬਾਅਦ ਕਈ ਇੱਕ ਵੱਡੇ ਅਧਿਕਾਰੀ ਦਾ ਨਾਮ ਵੀ ਸਾਹਮਣੇ ਆਇਆ ਲੇਕਿਨ ਹੁਣ ਤਾਜ਼ਾ ਨਾਮ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਜੋ ਕਿ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਤਾਂ ਉਹਨਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਉਹ ਕਮਲ ਬੋਰੀ ਦੇ ਨਾਲ ਡਿਸਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰ ਦੇ ਵਿੱਚ ਡਾਕਟਰ ਜਸਵੀਰ ਸੰਧੂ ਮੌਜੂਦ ਨੇ ਤੇ ਨਾਲ ਕਮਲ ਬੋਰੀ ਜਿਨ੍ਹਾਂ ਦੇ ਉੱਤੇ ਕਿ ਇਸ ਵੇਲੇ ਕਈ ਅਪਰਾਧਿਕ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਹੈ ਤਾਂ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਮਾਮਲੇ ਦਰ ਸੀ ਆਖਿਰਕਾਰ ਇਸ ਤਸਵੀਰ ਦਾ ਸੱਚ ਕੀ ਹੈ ਕਿ ਕੀ ਇਹਨਾਂ ਦੇ ਸੰਬੰਧ ਉਹਨਾਂ ਦੇ ਨਾਲ ਨੇ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਤਸਵੀਰ ਦਾ ਸੱਚ ਕੀ ਹੈ ਕਹਿ ਰਹੇ ਕਿ ਤੁਹਾਡੇ ਵੀ ਸੰਬੰਧ ਨੇ ਔਰ ਸਿੱਧੇ ਤਰੀਕੇ ਨਾਲ ਤੁਹਾਡੀ ਤਸਵੀਰ ਵੀ ਜਿਹੜੀ ਜਾਰੀ ਹੋਈ ਹੈ ਡਿਸਕਸ਼ਨ ਕਰਦੇ ਨਜ਼ਰ ਆ ਰਹੇ ਜੀ ਇਸ ਸਾਹ ਪਹਿਲਾਂ ਸਸਸੀ ਕਸਰਨੂ ਜੀ ਵੇਖੋ ਮੈਂ ਖੰਨਾ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੀ ਜਿਹੜੀ ਤਸਵੀਰ ਮੇਰੀ ਜਿਹੜੀ ਤਸਵੀਰ ਦੀ ਗੱਲ ਕਰਦੇ ਹੋ ਤਸਵੀਰ ਇੱਕ ਦਫ਼ਤਰ ਵਿੱਚ ਬੈਠੇ ਹੁਣ ਮੈਂ ਪਬਲਿਕ ਦਾ ਨੁਮਾਇੰਦਾ ਮੇਰੇ ਕੋਲ ਤਕਰੀਬਨ ਰੋਜ਼ ਦੇ ਤਕਰੀਬਨ ਮੈਂ ਆਪਣੇ ਦਫ਼ਤਰ ਵਿੱਚ 7 ਤੋਂ 8 ਘੰਟੇ ਰੋਜ਼ ਕੰਮ ਕਰਦਾ ਅਨੇਕਾਂ ਲੋਕ ਜਿਹੜੇ ਆਉਂਦੇ ਨੇ ਮੇਰੇ ਕੋਲ ਆਪਣੇ ਮਹੱਲਿਆਂ ਦੇ ਮਸਲੇ ਲੈ ਕੇ ਮੈਂ ਉਹ ਮਸਲੇ ਹੱਲ ਵੀ ਕਰਦਾ ਹੋ ਸਕਦਾ ਹੈ ਕਿ ਇਹ ਬੰਦਾ ਉਹਨਾਂ ਦੇ ਦੌਰਾਨ ਹੀ ਆਪਣੇ ਕਿਸੇ ਮਹੱਲੇ ਦਾ ਮਸਲਾ ਲੈ ਕੇ ਆਇਆ ਹੋਵੇ ਤੇ ਇਹਦੇ ਨਾਲ ਹੋਰ ਵੀ ਦੱਸ ਜਾਣੇ ਹੈਗੇ ਸੀ ਉਦੋਂ ਦੂਜੀ ਗੱਲ ਕਰਦੇ ਆ ਕਿ ਇਹ ਜਿਹੜੀ ਫੋਟੋ ਆ ਇਹ ਸਿਰਫ ਕ੍ਰੋਪ ਕਰਕੇ ਪਾਈ ਗਈ ਹੈ ਨਾ ਕਿ ਕੱਲੇ ਦੀ ਫੋਟੋ ਬੈਠੀ ਹੈ ਇਹ ਫੋਟੋ ਵੱਡੀ ਸੀ ਵੱਡੀ ਫੋਟੋ ਦੇ ਵਿੱਚੋਂ ਸਿਰਫ ਉਹਨਾ ਐਂਗਲ ਕੱਟਿਆ ਗਿਆ ਜਿੰਨੇ ਐਂਗਲ ਵਿੱਚ ਮੈਂ ਤੇ ਬੋਰੀ ਬੈਠੇ ਮੈਨੂੰ ਨਹੀਂ ਸੀ ਪਤਾ ਵੀ ਇਹ ਚੀਜ਼ ਇਤਨਾ ਹੋਏਗੀ ਦੂਜੀ ਗੱਲ ਇਹਦੇ ਮਹੱਲੇ ਦਾ ਹੀ ਕੋਈ ਮਸਲਾ ਸੀ ਕਿਉਂਕਿ ਮੈਂ ਐਜ਼ ਪ੍ਰੋਫੈਸ਼ਨਲ ਡਾਕਟਰ ਕੋਈ ਮੈਡੀਸਨ ਦੇ ਨਾਲ ਸੰਬੰਧਤ ਸੀ ਕੁਝ ਮਹੱਲੇ ਦੇ ਨਾਲ ਸੰਬੰਧ ਸੀ ਵੀ ਇਹ ਨਾਲ ਸੰਬੰਧ ਮਸਲੀ ਉਹ ਲੈ ਕੇ ਆਏ ਮੇਰੇ ਕੋ ਸਾਰੇ ਕੜੂਗਰ ਤੱਕ 10 12 ਜਣੇ ਸੀ ਉਸ ਪਿਕਚਰ ਦੇ ਵਿੱਚ ਤੇ ਉਹਨਾਂ ਦੇ ਸਾਹਮਣੇ ਮੈਂ ਇਹਨਾਂ ਦਾ ਐਕਸ਼ਨ ਸਾਹਿਬ ਨੂੰ ਕਹਿ ਕੇ ਮਸਲਾ ਵੀ ਹੱਲ ਕਰਵਾ ਦਿੱਤਾ ਸੋ ਦੂਜੀ ਗੱਲ ਰਹਿ ਗਈ ਹੈ ਕਿ ਇਹਦੇ ਨਾਲ ਮੇਰੇ ਸਬੰਧਾਂ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਲੈਕਸ਼ਨ ਦੌਰਾਨ ਇਹ ਬੰਦਾ ਜਿਹੜਾ ਹੈ ਇਹ ਇੰਨੇ ਸਾਡੀ ਪੂਰੀ ਖੁੱਲ ਕੇ ਮੁਖਾਲਫਤ ਕੀਤੀ ਇਹ ਕਾਂਗਰਸ ਪਾਰਟੀ ਦੇ ਉਸ ਵੇਲੇ ਦੇ ਐਮਐਲਏ ਸਾਹਿਬ ਦੇ ਨਾਲ ਹੀ ਇਹਨਾਂ ਦੇ ਸਬੰਧ ਸੀ ਵਧੀਆ ਜਿਨ੍ਹਾਂ ਦੇ ਵੀਡੀਓ ਤੁਸੀਂ ਵੇਖ ਚੁੱਕੇ ਹੋ ਔਰ ਕਾਫੀ ਚੱਲ ਰਹੀਆਂ ਹਨ ਤੇ ਮੇਰੇ ਨਾਲ ਸ਼ੁਰੂ ਤੋਂ ਹੀ ਇਸ ਬੰਦੇ ਦੀ ਜਿਹਨੂੰ ਪੰਜਾਬੀ ਚ ਕਹਿੰਦੇ ਵੀ ਇੱਕ ਕੁੱਤੇ ਦਾ ਵੈਰ ਰਿਆ ਕਿਉਂਕਿ ਇਹਨੇ ਗਵਾਲ ਮੰਗਵਾਲ ਮੰਡੀ ਤੇ ਬੂਥਾਂ ਤੇ ਵੀ ਸਾਡੀਆਂ ਇਲੈਕਸ਼ਨ ਦੇ ਵਿੱਚ ਹੜਤੰਕ ਕੀਤਾ ਅਸੀਂ ਇਹਨੂੰ ਉੱਥੋਂ ਵੀ ਭਜਾਇਆ ਇਹਨੇ ਬੇਦੀ ਸਕੂਲ ਪੁੱਤਲੀ ਘਰ ਉੱਥੇ ਵੀ ਸਾਡੇ ਇੱਕ ਮੇਰਾ ਬੜਾ ਵਧੀਆ ਪਾਰਟੀ ਦਾ ਵਲੰਟੀਅਰ ਹੈ ਮੈਂ ਨਾਮ ਨਹੀਂ ਲਵਾਵਾਂਗਾ ਉਹਦਾ ਉਹਦੇ ਉਹਦੇ ਇਹਨੇ ਸੱਟਾਂ ਵੀ ਮਾਰੀਆਂ ਉਸ ਬੂਥ ਤੇ ਸੇਮ ਡੇ ਇਲੈਕਸ਼ਨ ਵਾਲੀ ਦਿਨ ਉਦੋਂ ਵੀ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਏਸੀਬੀ ਤੁਸ਼ਾਰ ਗੁਪਤਾ ਸੀ ਉਦੋਂ ਸਾਡੇ ਡੇ ਵੈਸ ਦੇ ਉਹਨਾਂ ਨੂੰ ਕੰਪਲੇਂਟ ਕੀਤੀ ਥਾਣੇ ਦੇ ਅੰਦਰ ਜਾ ਕੇ ਕਟੋਰਮੇ ਥਾਣੇ ਦੇ ਅੰਦਰ ਜਾ ਕੇ ਫਿਰ ਇਹਨਾਂ ਇਹ ਸੇਮ ਇੱਕ ਦੋ ਘੰਟੇ ਬਾਅਦ ਉਸੇ ਸੇਮ ਡੇ ਇਲੈਕਸ਼ਨ ਵਾਲੇ ਦਿਨ ਗਮਟਾਲੇ ਵੀ ਇਹਨਾਂ ਆਪਣੀ ਜਿਹੜੀ ਹੈ ਪੂਰੀ ਕੁੱਟ ਮਾਰਦਾ ਜਿਹੜਾ ਕੀਤਾ ਸਾਡੇ ਵਰਕਰਾਂ ਨੂੰ ਸੋ antisense ਸ਼ੁਰੂ ਤੋਂ ਹੀ ਇਸ ਇਹੋ ਜਿਹੇ ਗੁੰਡਿਆਂ ਦੇ ਖਿਲਾਫ ਰਹੇ ਆ। ਸੋ ਜਿਹੜੀ ਫੋਟੋ ਵਾਇਰਲ ਹੋਈ ਹੈ ਇਹ ਇਹਦੀ ਸੱਚਾਈ ਇਹ ਹੈ ਕਿ ਇੱਕ ਫੋਟੋ ਇੱਕ ਕ੍ਰਾਪ ਕਰਕੇ ਲਾਏਗੀ, ਦੂਜੀ ਗਈ ਫੋਟੋ ਕੱਲੇ ਦੀ ਨਹੀਂ ਸੀ। ਫੋਟੋ ਦੇ ਵਿੱਚ ਹੋਰ ਵੀ 10 ਜਣੇ ਮੌਜੂਦ ਸੀ। ਤੀਜੀ ਗੱਲ ਮੇਰਾ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਅਸੀਂ ਤਾਂ ਇੱਕ ਦੂਜੇ ਨਾਲ ਠਾਣੇ ਠਾਣੀ ਹੋਏ ਆ ਤੇ ਸਬੰਧ ਕਿਦਾਂ ਦਾ ਹੋਊਗਾ ਬੜੀਕਰ ਤੁਹਾਡੇ ਠਾਣੋ ਠਾਣੀ ਹੋਏ ਹੋ ਤਾਂ ਫਿਰ ਇੱਕ ਤਰੀਕੇ ਦੇ ਨਾਲ ਬੜੀ ਇੱਕ ਅੱਛੇ ਮਾਹੌਲ ਦੀ ਫੋਟੋ ਕਿਵੇਂ ਨਜ਼ਰ ਆ ਗਈ ਸਭ ਨਹੀਂ ਮਾਹੌਲ ਦੀ ਅੱਛੀ ਦੀ ਫੋਟੋ ਨਹੀਂ ਜੀ ਵੇਖੋ ਕਿ ਇੱਕ ਮੈਂ ਆਪਣੇ ਆਫਿਸ ਵਿੱਚ ਅਗਰੈਸਿਵ ਤੇ ਬੈਠੂੰਗਾ ਨਹੀਂ ਨਾ ਹੀ ਕਿਸੇ ਨੂੰ ਗਾਲਾਂ ਕੱਢੂੰਗਾ ਪਿਆਰ ਨਾਲ ਹੀ ਬੈਠੂੰਗਾ ਤੁਸੀਂ ਆਇਓ ਤੁਹਾਡੇ ਨਾਲ ਪਿਆਰ ਨਾਲ ਗੱਲ ਕਰ ਰਿਹਾ ਇਹੀ ਫੋਟੋ ਚੁੱਕ ਕੇ ਕੋਈ ਫੋਟੋ ਵਾਇਰਲ ਕਰ ਦਿੰਦਾ ਜਾਂ ਕਿਸੇ ਕੋਈ ਗਲਤ ਮਨਸ਼ਾ ਦੇ ਨਾਲ ਉਹ ਫੋਟੋ ਨੂੰ ਪੇਸ਼ ਕਰ ਦਿੰਦਾ ਤੇ ਉਹਦਾ ਮਤਲਬ ਇਹ ਨਹੀਂ ਹੋਊ ਸੋ ਇਹ ਮੈਂ ਪਬਲਿਕ ਦਾ ਨਮਾਇਦਾ ਹੋਣ ਕਰਕੇ ਮੇਰੇ ਕੋ ਹਰ ਇੱਕ ਨੇ ਆਉਣਾ ਹੈ ਮੇਰੇ ਘਰੇ ਵੀ ਸੰਗਤ ਆਉਂਦੀ ਹੈ ਦਫਤਰ ਚ ਵੀ ਆਉਂਦੀ ਆ ਜਾਂ ਮੈਂ ਮੀਟਿੰਗਾਂ ਜਾਣਾ ਨਾਲ ਵੀ ਜਾਂਦੇ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਗਲਤ ਮੰਸ਼ਣਾ ਬੈਠਾ ਮੇਰਾ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਤੇ ਨਾ ਹੀ ਇਹੋ ਜਿਹੇ ਬੰਦਿਆਂ ਨਾਲ ਮੈਂ ਕਦੀ ਸਬੰਧ ਰੱਖਿਆ ਹੈ ਤੇ ਇਹ ਤੁਸੀਂ ਤੁਸੀਂ ਕਬਲ ਬੋਰੀ ਨੂੰ ਕਿਵੇਂ ਵੇਖਦੇ ਹੋ ਆਪਣੀ ਨਿਗਾਹ ਦੇ ਵਿੱਚ ਕਿਉਂਕਿ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋਈ ਤਾਂ ਬਹੁਤ ਸਾਰੇ ਨਾਮ ਉਸ ਦੇ ਨਾਮ ਦੇ ਨਾਲ ਜੁੜ ਗਏ ਕਈ ਲੋਕ ਉਹਨੂੰ ਗੈਂਗਸਟਰ ਕਹਿੰਦੇ ਨੇ ਤੇ ਕਈ ਉਹਨੂੰ ਸਮਾਜ ਸੇਵੀ ਵੀ ਕਹਿ ਰਹੇ ਨੇ ਵੇਖੋ ਜੀ ਜੇ ਵੇਖਿਆ ਜਾਵੇ ਤਾਂ 16 17 18 ਪਰਚੇ ਜੇਤੇ ਹੋਣਤੇ ਉਹ ਸਮਾਜ ਸੇਵੀ ਕਿਦਾਂ ਹੋ ਜੂਗਾ ਮੰਨਿਆ ਕਿ ਚਾਰ ਸੇਵਾ ਕੋਈ ਇਹੋ ਜੇ ਦੋ ਚਾਰ ਕੰਮ ਕਰਤੇ ਹਣਕੇ ਜਿਹਦੇ ਨਾਲ ਉਹਦੇ ਸਮਾਜ ਦੇ ਵਿੱਚ ਥੋੜੀ ਬਹੁਤੀ ਹੋਊਗੀ ਕਿ ਉਹ ਸਮਾਜ ਸੇਵੀ ਹੈ ਦੂਜੀ ਗੱਲ ਇਹ ਕਿ ਜਿਹੜਾ ਬੰਦਾ شریف ਹੋ ਉਤੇ ਪਰਚੇ ਨਹੀਂ ਹੁੰਦੇ ਜੇ ਹੋਣ ਵੀ ਗਏ ਇੱਕ ਦਾ ਧੱਕੇ ਨਾਲ ਕਿਤੇ ਹੋ ਗਿਆ ਜਾਂ ਦੋ ਹੋ ਗਏ ਤਿੰਨ ਹੋ ਗਏ 18 ਨਹੀਂ ਹੋਣਗੇ ਠੀਕ ਹੈ ਸੋ ਮੈਂ ਇਹ ਕਤੇ ਵੀ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਨਹੀਂ ਹੈ ਜੋ ਜੂਏ ਦੇ ਦੇ ਤੇ ਪਰਚੇ ਆ 302 ਦੇ ਹੋਰ ਵੀ ਜਿਹੜੇ ਵੀ ਹੈਗੇ ਚਲੋ ਮੈਂ ਨਹੀਂ ਜਾਣਦਾ ਕਿਉਂਕਿ ਹੁਣ ਤੇ ਪੁਲਿਸ ਕੋ ਐਸਾ ਰਿਨਕੁਆਰੀ ਮੈਨੂੰ ਜਿੰਨਾ ਕਿ ਜਾਂਦਾ ਮੈਂ ਓਨਾ ਕੀ ਪਤਾ ਹੈ ਓਨਾ ਕੀ ਦੱਸ ਪਾਉਂਗਾ ਸੋ ਮੈਂ ਮੰਨਦਾ ਕਿ ਉਹਦਾ ਜੋ ਨਾਮ ਆਇਆ ਉਹ ਬਿਲਕੁਲ ਸਹੀ ਹੈ ਪਰ ਤੁਸੀਂ ਉਹਨੂੰ ਕੀ ਦੇਖਦੇ ਹੋ ਸਮਾਜ ਵਿੱਚ ਕਿ ਗੈਂਗਸਟਰ ਲੇਖੋ ਜੀ ਜੋ ਪੁਲਿਸ ਦੀ ਕਾਰਵਾਈ ਦੇ ਮੁਤਾਬਕ ਜੇ ਗੈਂਗਸਟਰ ਹੈ ਸਾਡੀ ਸਰਕਾਰ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਸੋ ਮੈਂ ਸਰਕਾਰ ਦੇ ਨਾਲ ਖੜਾ ਹਾਂ ਮੈਂ ਸਰਕਾਰੀ ਤੰਤਰ ਦੇ ਨਾਲ ਖੜਾ ਤੇ ਮੈਂ ਗੈਂਗਸਟਰ ਹੀ ਕਹਾਗਾ ਦੂਜੀ ਗੱਲ ਜਿਹੜੀ ਫੋਟੋ ਵਾਇਰਲ ਹੋ ਰਹੀ ਉਹ ਕਿਉਂ ਕੀਤੀ ਗਈ ਜਾਣ ਬੂਝ ਕੇ ਤੁਹਾਡੀ ਛਵੀ ਬਗਾਰ ਨਾਸਤੇ ਕੀ ਆ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਲੱਗਦੀ ਹੈ ਵੇਖੋ ਜੀ ਇਹ ਵਿਰੋਧੀਆਂ ਦੀ ਸਾਜ਼ਿਸ਼ ਵੀ ਲੱਗਦੀ ਹੈ ਦੂਜੀ ਗੱਲ ਜਿਹੜੀ ਜਿਹੜੇ ਸਾਡੇ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਵੀ ਵਿਰੋਧੀ ਰਿਹਾ ਹੈ ਫੋਟੋ ਜਾਣ ਕੇ ਕਿਤੇ ਵਾਇਰਲ ਕਰਨ ਦਾ ਕਾਰਨ ਹੀ ਇਹੀ ਹੋ ਸਕਦਾ ਹੈ ਕਿ ਇਹਨੂੰ ਬਦਨਾਮ ਕਰੀਏ ਸੋ ਮੈਂ ਹਮੇਸ਼ਾ ਸੱਚ ਤੇ ਪਹਿਰਾ ਦੇਣ ਵਾਲਾ ਬੰਦਾ ਤੇ ਮੈਂ ਸੱਚਾ ਹਾਂ ਮੈਂ ਇੱਕੋ ਗੱਲ ਕਰਦਾ ਜਿੱਥੇ ਮਰਜ਼ੀ ਇਨਕੁਆਇਰੀ ਕਰਵਾ ਲੈ ਜਿੱਥੇ ਮਰਜ਼ੀ ਫੋਟੋ ਦੀ ਵੈਰੀਫ ਜਾਂ ਇਹ ਵੀ ਨਾ ਫੋਨ ਕਾਲਿੰਗ ਜਾਂ ਕੋਈ ਵੀ ਡਾਟਾ ਕਢਵਾ ਲੈ ਜੇ ਕੋਈ ਹੈਗਾ ਤੇ ਮੈਨੂੰ ਦੇ ਦੇਣ ਬਾਕੀ ਆ ਇਸ ਫੋਟੋ ਨਾਲ ਮੇਰਾ ਕੋਈ ਸਰੋਕਾਰ ਨਹੀਂ ਠੀਕ ਹੈ ਸਿੰਪਲ ਫੋਟੋ ਖਿੱਚੀ ਗਈ ਹੈ ਉਹਦੇ ਚ ਅਸੀਂ ਕੋਈ ਪੰਗੜਾ ਨਹੀਂ ਪਾ ਰਹੇ ਅਸੀਂ ਕੋਈ ਗਾਉਣੇ ਨਹੀਂ ਗਾ ਰਹੇ ਅਸੀਂ ਕੋਈ ਸ਼ਰਾਬ ਨਹੀਂ ਪੀ ਰਹੇ ਅਸੀਂ ਕੋਈ ਨਸ਼ਾ ਨਹੀਂ ਕਰ ਰਹੇ ਅਸੀਂ ਕੋਈ ਨਸ਼ਾ ਵੇਚ ਨਹੀਂ ਰਹੇ ਅਸੀਂ ਕੋਈ ਕਿਸੇ ਨੂੰ ਧਮਕਾ ਨਹੀਂ ਰਹੇ ਅਸੀਂ ਕਿਸੇ ਨੂੰ ਕੁੱਟ ਨਹੀਂ ਰਹੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਵੇਖੇ ਪੁਆਇੰਟ ਆਫ 뷰 ਵੇਖਣਾ ਚਾਹੀਦਾ ਨਾ ਤੁਸੀਂ ਫੋਟੋ ਵੇਖ ਲਈ ਬਸ ਜੀ ਵਾਇਰਲ ਕਰ ਦੋ ਇਹਦਾ ਮਤਲਬ ਕੋਈ ਨਹੀਂ ਲੱਗਦਾ ਅਸੀਂ ਇਸੇ ਕਰਕੇ ਤੁਹਾਡਾ ਸਪਸ਼ਟੀਕਰਨ ਲੈਣ ਵਾਸਤੇ ਆਏ ਆ ਕਿ ਤੋ ਕਿ ਕਿਉਂਕਿ ਤੁਹਾਡੀ ਛਵੀ ਦੇ ਉੱਤੇ ਸਵਾਲ ਖੜੇ ਕਰ ਰਹੇ ਸੀ ਕੁਝ ਲੋਕ ਸਰ ਵੇਖੋ ਇੱਛੇ ਜੀ ਇਹ ਇੱਧਰ ਰਹਿਣ ਵਾਲਾ ਤੇ ਜਨਤਾ ਮੇਰੇ ਨਾਮ ਤੋਂ ਚੰਗੀ ਤਰ੍ਹਾਂ ਜਾਣਦੀ ਹੈ ਕਿਉਂਕਿ ਮੈਂ ਪਬਲਿਕ ਦਾ ਨੁਮਾਇੰਦਾ ਤੇ ਮੈਂ ਪਹਿਲਾਂ ਵੀ ਸੇਵਾਦਾਰ ਸੀ ਅੱਜ ਵੀ ਸੇਵਾਦਾਰ ਹਾਂ ਪਹਿਲਾਂ ਵੀ ਇਸੇ ਹਲਕੇ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਕਰ ਰਿਹਾ ਹਾਂ ਸੋ ਕਈਆਂ ਲੋਕਾਂ ਨੂੰ ਇਹ ਸੇਵਾ ਹজম ਨਹੀਂ ਹੁੰਦੀ ਮੇਰੀ ਜਾਂ ਲੋਕੀ ਮੈਨੂੰ ਪਿਆਰ ਕਰਦੇ ਆ ਇਹ ਉਹਨਾਂ ਨੂੰ ਹজম ਨਹੀਂ ਹੁੰਦਾ ਤੇ ਉਹ ਇਹੋ ਜੇ ਬਲੇਮ ਲਾਉਂਦੇ ਲਾਈ ਜਾਂ ਕੋਈ ਫਰਕ ਨਹੀਂ ਪੈਂਦਾ ਕੰਮ ਬਲਦਾ ਫੁੱਲ ਚਿੱਕਰ ਦੇ ਜਿਹੜੇ ਵੀ ਸਾਫ਼ ਹੀ ਹੁੰਦਾ ਹੈ ਸੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਇੱਕ ਤੁਸੀਂ ਕੀ ਸਮਝੋਗੇ ਤੰਤਰ ਕਿੰਨਾ ਕਿ ਖਰਾਬ ਹੋਇਆ ਹੈ ਜਿਸ ਕਰਕੇ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂ ਮੈਂ ਮੰਨਦਾ ਐ ਇਸ ਚੀਜ਼ ਨੂੰ ਕਿ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤੀ ਇਹਦੇ ਨਾਲ ਜਾਂ ਜਿੱਦਾਂ ਵੀ ਸੀ ਜੋ ਵੀਡੀਓ ਸਾਹਮਣੇ ਆਈ ਸੋ ਇਹ ਇੰਨੇ ਜ਼ਿਆਦਾ ਪਰਚੇ ਹੋਣ ਦੇ ਬਾਵਜੂਦ ਵੀ ਬੰਦਾ ਇੱਕ ਆਜ਼ਾਦ ਫਿਰਨਾ ਚ ਇਸ ਤਰ੍ਹਾਂ ਘੁੰਮੇ ਫਿਰ ਠੀਕ ਨਹੀਂ ਲੱਗਦਾ ਲੋਕਤੰਤਰ ਤੇ ਸਵਾਲ ਤਾਂ ਖੜੇ ਹੋਣਗੇ ਸੋ ਅਪਰਾਧਿਕ ਮਸਲਿਆਂ ਦੇ ਵਿੱਚ ਵੀ ਲੋੜੀਦਾ ਸੀ ਸੋ ਮੈਂ ਮੰਨਦਾ ਕਿ ਜੇ ਮੇਰੀ ਫੋਟੋ ਵਾਇਰਲ ਹੋਈ ਹੈ ਤੇ ਮੈਂ ਉਹਦੇ ਤਣ ਨੂੰ ਇਹ ਸਪਸ਼ਟੀ ਕਰ ਦੇਣਾ ਚਾਹੁੰਦਾ ਕਿ ਸਿੰਪਲ ਟੇਬਲ ਤੇ ਬੈਠਿਆਂ ਦੀ ਫੋਟੋ ਆਪਣੇ ਮਸਲਾ ਲੈ ਕੇ ਕੋਈ ਆਇਆ ਸੀ ਉਹਦੇ ਮੁਤਾਬਕ ਉਹ ਕੱਲੇ ਦੀ ਫੋਟੋ ਨਹੀਂ ਉਹਦੇ ਨਾਲ 10 ਬੰਦੇ ਹੋਰ ਵੀ ਐ ਫੋਟੋ ਕ੍ਰੋਪ ਕਰਕੇ 5 ਕਿਤੇ ਗਈ ਹੈ ਸੋ ਇਹੋ ਜਿਹਾ ਮੇਰਾ ਕੋਈ ਸਬੰਧ ਪਰ ਦੂਸਰੀ ਗੱਲ ਜਿਹੜਾ ਤੰਤਰ ਤੁਸੀਂ ਦੇਖਦੇ ਹੋ ਕਿ ਕੀ ਸਮਝੋਗੇ ਤੰਤਰ ਪ੍ਰਾਣਾ ਬਹੁਤ ਵਿਗੜਿਆ ਹੈ ਵੇਖੋ ਜੀ ਲੌਰੈਂਡਰ ਦੀ ਸਿੱਧੀ ਪੰਜਾਬ ਦੇ ਵਿੱਚ ਪਹਿਲਾਂ ਨਾਲੋਂ ਕਾਫੀ ਜਿਆਦਾ ਸੁਧਰ ਚੁੱਕੀ ਹੈ ਕਿਉਂਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਜ਼ਾਰਾਂ ਕਿਲੋ ਹੈਰੋਇਨ ਫੜੀ ਗਈ ਫੀਮ ਦੇ ਤਸਕਰ ਫੜੇ ਗਏ ਹੈਰੋਇਨ ਦੇ ਤਸਕਰ ਫੜੇ ਗਏ ਹਜ਼ਾਰਾਂ ਪਰਚੇ ਹੋਏ ਕਿੰਨਾ ਜਿਹੜਾ ਪੁਲਿਸ ਪ੍ਰਸ਼ਾਸਨ ਹਰਕਤ ਚ ਆਇਆ ਟ੍ਰੈਫਿਕ ਦੇ ਸੁਧਾਰ ਹੋਏ ਸੋ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਤੇ ਆਪਾਂ ਪ੍ਰਸ਼ਾਸਨ ਦੇ ਸੁਧਾਰਾਂ ਵੱਲ ਜਿਹੜੇ ਪੰਜਾਬ ਸਰਕਾਰ ਦੀ ਪਹਿਲ ਆ ਉਹ ਪਹਿਲ ਕਦਮੀ ਸਦਾ ਚੜਦੀ ਕਲਾ 'ਚ ਰਹੂ ਤੁਹਾਡੇ ਕੋਰ ਐਮਐਲਏ ਨੇ ਗੱਲ ਆਖੀ ਹੈ ਕੁਲਵਿੰਦਰ ਸਿੰਘ ਰਮਦਾਸ ਉਹ ਕਹਿੰਦੇ ਜੀ ਚੋਰ ਕੁੱਤੀ ਰਲੇ ਰਹੇ ਪਹਿਲੇ ਵੇਖੋ ਜੀ ਜੇ ਵੀਡੀਓ ਵੱਲ ਵੇਖਿਆ ਜਾਵੇ ਤਾਂ ਕੋਈ ਇਨਕਾਰ ਨਹੀਂ ਕਰੂਗਾ ਕਿ ਰਲੇ ਸੀ ਕਿ ਨਹੀਂ ਰਲੇ ਠੀਕ ਹੈ ਰਲੇ ਸੀ ਤਾਂ ਹੀ ਕੰਮ ਹੋਇਆ ਤੇ ਇਹ ਸਮੇਤ ਸੁਧਾਰ ਦੀ ਲੋੜ ਹੈ ਜੀ ਕਰ ਰਹੇ ਆ ਜੀ ਸਰਦਾਰ ਜਰੂਰ ਕਰਾਂਗੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਦੂਰ ਕਰ ਸਰੂਸ ਸਰਦਾਰ ਕਰੇਗੀ ਅਸੀਂ ਲੱਗੇ ਆ ਅਸੀਂ ਉਹਨਾਂ ਦੀ ਟੀਮ ਦੇ ਸਿਪਾਹੀ ਆ ਤੇ ਜਿੱਥੋਂ ਤੱਕ ਸਾਡੀ ਬਾਹ ਲੱਗਦੀ ਅਸੀਂ ਇਹੋ ਜਿਹੇ ਜਿਹੜੇ ਲੋਕ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਕੰਮ ਕਰਨ ਵਾਲੇ ਗੁੰਡੇ ਉਹਨਾਂ ਨੂੰ ਜਰੂਰ ਫੜਾਂਗੇ ਸ਼ੁਕਰੀਆ ਤੇ ਅਸਰ ਡਾਕਟਰ ਜਸਵੀਰ ਸਿੰਘ ਸੰਧੂ ਜੋ ਕਿ ਹਲਕਾ ਪਛਮੀ ਤੋਂ ਵਿਧਾਇਕ ਨੇ ਤੇ ਜਿਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋਈ ਸੀ ਤਾਂ ਇਸ ਤਸਵੀਰ ਨੂੰ ਲੈ ਕੇ ਬਹੁਤ ਸਾਰੇ ਸਵਾਲ ਜੜੇ ਚੁੱਕੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਸਾਥ ਦੇ ਰਹੇ ਨੇ ਲੇਕਿਨ ਅੱਜ ਸਿੱਧੇ ਤੌਰ ਤੇ ਬਖੂਬੀ ਉਹਨਾਂ ਨੇ ਖੁਦ ਮੀਡੀਆ ਸਾਹਮਣੇ ਆ ਕੇ ਆਪਣੀ ਪੂਰੀ ਸਥਿਤੀ ਸਪਸ਼ਟ ਕੀਤੀ ਔਰ ਸਾਫ ਕੀਤਾ ਕਿ ਉਹਨਾਂ ਦਾ ਇਸ ਤਸਵੀਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਉਹਨਾਂ ਦਾ ਕਮਲ ਬੋਰੀ ਦੇ ਨਾਲ ਕੋਈ ਲੈਣਾ ਦੇਣਾ ਹੈ ਕਿਉਂਕਿ ਉਹ ਕਮਲ ਬੋਰੀ ਨੂੰ ਇੱਕ ਚੰਗੀ ਛਵੀ ਵਾਲਾ ਵਿਅਕਤੀ ਨਹੀਂ ਸਮਝਦੇ ਕਿਉਂਕਿ ਇਸ ਤਰੀਕੇ ਨਾਲ ਪਹਿਲਾਂ ਵੀ ਉਹਨਾਂ ਦੇ ਨਾਲ ਕਾਫੀ ਲੜਾਈ ਝਗੜੇ ਸੀ ਤਾਂ ਉਹ ਚਾਹੁੰਦੇ ਨੇ ਕਿ ਹਜੇ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਲੇਕਿਨ ਫਿਲਹਾਲ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਛਵੀ ਬਿਲਕੁਲ ਲੋਕਾਂ ਦੇ ਵਿੱਚ ਹੈ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ ਲੇਕਿਨ ਇਸ ਤਸਵੀਰ ਦੇ ਨਾਲ ਕਮਲ ਬੋਰੀ ਦੇ ਨਾਲ ਉਹਨਾਂ ਦੇ ਕਿਸੇ ਤਰ੍ਹਾਂ ਦੇ ਕੋਈ ਵੀ ਸੰਬੰਧ ਨਹੀਂ ਨੇ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ